ਅਸਲਾਮ ਵਾਲੇਕਮ ਜੀ। ਲਓ ਜੀ ਦੋਸਤ ਪੁੱਛਦੇ ਸੀ ਕਾਫੀ ਜਨਾਬ ਕਿ ਆਪਣੇ ਵਾਲਾ ਗ੍ਰੀਨ ਟੈਸਟ ਜਿਹੜਾ ਵਾ ਉਹਦੀ ਕੋਈ ਵੀਡੀਓ ਨਹੀਂ ਦਿਖਾ ਰਹੇ ਜੀ, ਕਿਤੇ ਵੇਚ ਤਾਂ ਨਹੀਂ ਦਿੱਤਾ? ਦੋਸਤ ਪੁੱਛਦੇ ਸੀਗੇ। ਨਹੀਂ ਜਨਾਬ, ਇਹ ਜਨਾਬ ਆਪਣਾ ਗ੍ਰੀਨ ਖੜਾ ਵਾ ਜੀ, ਇਹ ਇੱਥੇ ਆ ਖਾਦ ਖੂਦ ਪਾਉਂਦੇ ਆ, ਅੱਗੇ ਪਿੱਛੇ ਜਾਂਦੇ ਆ, ਅਤੇ ਇਸ ਵਾਸਤੇ ਇੱਕ ਜਿਹੜਾ ਵਾ ਟੈਸਟ ਇਹ, ਅਤੇ ਇੱਕ 18 ਮਾਡਲ, ਇਹ ਦੋ ਹੀ ਇੱਥੇ ਰੱਖੇ ਆ ਜੀ ਬਸ। ਅਤੇ ਬਾਕੀ ਦੋਸਤ ਪੁੱਛਦੇ ਹੁੰਦੇ ਆ ਕਿ ਨਵਾਂ ਟੈਸਟ ਲਿਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਉਹਦੇ ਰਿਮ ਰੂਮ ਜਿਹੜੇ ਹੈਗੇ ਆ ਬਰੀਕ ਟਾਇਰ ਪਾ ਲੈਂਦੇ, ਉਹ ਕਰਦੇ ਆ ਜੀ। ਲਓ ਜੀ ਉਹ ਵੀ ਦਿਖਾ ਦਿੰਦੇ ਆ ਜੀ ਦੋਸਤਾਂ ਨੂੰ ਜੀ। ਇਹ ਦੇਖੋ ਜੀ, ਇਹ ਨਵੇਂ 0 ਮੀਟਰ ਰਿਮਾਂ ਦੀਆਂ ਜੋਲੀਆਂ ਪਈਆਂ 85 ਦੀਆਂ ਜੀ। ਹਲੇ ਕੁਛ ਉੱਧਰ ਦੂਸਰੇ ਫਾਰਮ 'ਤੇ ਵੀ ਪਈਆਂ ਵਾ। ਫਿਲਹਾਲ ਤਿੰਨਾਂ ਟੈਸਟਾਂ 'ਤੇ ਆਹ ਪਾਇਆ ਜੀ, ਇਹ ਦੇਖ ਲਓ ਜੀ, 0 ਮੀਟਰ ਰਿਮ, ਇਹ ਦੋ ਜੋਲੀਆਂ ਆਹ ਪਈਆਂ ਜੀ, ਇਹ ਪਾਇਆ ਜੀ, ਅਤੇ ਦੋ ਹੀ ਆਹ ਪਾਇਆ ਜੀ ਇੱਧਰ। ਇਹ ਆਪਾਂ ਜੀ ਰਿਮ ਤਾਰ ਲਈ ਦੇ ਆ, ਜਦੋਂ ਵੀ ਨਵਾਂ ਟੈਸਟ ਆਉਂਦੇ ਉਹਨੂੰ ਫਿਰ ਬਰੀਕ ਟਾਇਰ ਪਾਈਦੇ ਆ, ਟਾਇਰ ਜਿਹੜੇ ਹੈਗੇ ਉਹ ਕਿਸੇ ਹੋਰ ਨੂੰ ਟੈਸਟ ਨੂੰ ਪਾਤੇ ਜਾਂ ਨਵਾਂ ਹੀ ਸੇਲ ਕਰ ਦੇ ਆ। ਅਤੇ ਬਾਕੀ ਟੈਸਟ ਜੀ ਨਾ ਖੜਾ ਜੀ, ਇਹਨੂੰ ਹੁਣ ਜਾ ਕੇ ਇਹਨੂੰ ਹੁਣ ਜਿਹੜਾ ਚੈੱਕ ਚੁੱਕ ਕਰਾਂਗੇ ਜੀ ਫਿਰ ਇਨਸ਼ਾਲਾ। ਅਤੇ ਬਾਕੀ ਇਹਨੂੰ ਬਹੁਤ ਦਿਨਾਂ ਦਾ ਖੜਾ ਜੀ, ਹੁਣ ਸਟਾਰਟ ਕਰਕੇ ਦੇਖ ਲੈਂਦੇ ਹਾਂ ਜੇ ਹੁੰਦਾ ਵਾ ਜਾਂ ਨਹੀਂ ਹੁੰਦਾ ਜੀ। ਪਹਿਲੇ ਸਾਲ ਉੱਥੇ ਸਟਾਰਟ, ਇਹਨੂੰ ਕਹਿੰਦੇ ਜਿਹੜਾ ਪੰਪ, ਆਵਾਜ਼ ਮਾਸ਼ਾਅੱਲਾ ਬਹੁਤ ਪਿਆਰੀ ਹੈ ਜੀ ਇਹਦੀ। ਔਰ ਮੈਂ ਇੱਕ ਮਜ਼ੇ ਦੀ ਗੱਲ ਦੋਸਤਾਂ ਨੂੰ ਦੱਸਾਂ ਕਿ ਦੇਖਣਾ ਮੈਂ ਹਲਕੀ ਜੀ ਐਵੀ ਰੇਸ ਦਿਆਂਗਾ ਜੀ, ਮੇਰੇ ਹੱਥ ਦੇ ਇਸ਼ਾਰੇ ਵੱਲ ਦੇ ਲੈਣਾ ਵਾ, ਔਰ ਟੈਸਟ ਦੀ ਆਵਾਜ਼ ਸੁਣਨੀ ਹੈ ਦੋਸਤਾਂ ਨੇ, ਹੱਥ ਦੀ ਆਵਾਜ਼ ਦੇਖ, ਹੱਥ ਦੇ ਉੱਤੇ ਇਸ਼ਾਰਾ ਹੀ ਦੇਖਣਾ ਵਾ। ਇਹ ਦੇਖੋ ਜੀ, ਇਹ ਹੱਥ ਲੈ ਕੇ ਜਾ ਰਹੇ ਜੀ ਆਪਾਂ, ਸੋਚ ਤੋਂ ਹੀ ਬੰਦ ਹੋ ਗਿਆ ਜੀ, ਇਹਨੂੰ ਪੰਪ ਲੱਗਾ ਸਟੈਨਾਡਾਈਜ਼ ਦਾ, ਅਮੈਰੀਕਾ ਵਾਲਾ ਜੀ। ਅਤੇ ਬਾਕੀ ਆਵਾਜ਼ ਦੋਸਤਾਂ ਨੇ ਲਾਜ਼ਮੀ ਦੱਸਣੀ ਹੈ ਜੀ ਕਿ ਕੈਸੀ ਆਵਾਜ਼ ਲੱਗੀ ਟੈਸਟਰ ਦੀ ਜੀ। ਇਹ ਛੱਤ ਉੱਤੇ ਲੱਗੀ ਹੈ ਜੀ ਆਪਣੇ ਰਿਆਜ਼ ਭਾਈ ਵਾਲੀ, ਇਹ ਵੀਡੀਓ ਬਣਾਉਣ ਦਾ ਮਕਸਦ ਇੱਕ ਤਾਂ ਦੋਸਤਾਂ ਨੂੰ ਆਵਾਜ਼ ਚੈੱਕ ਕਰਾਈ ਹੈ ਜੀ, ਠੀਕ ਹੋ ਗਿਆ ਜੀ, ਅਤੇ ਦੂਸਰੇ ਨੰਬਰ ਦੇ ਉੱਪਰ ਦੋਸਤਾਂ ਨੂੰ ਦਿਖਾਇਆ ਕਿ ਇਹ ਖੜਾ ਹੋਇਆ ਜੀ। ਦੋਸਤ ਕਾਫੀ ਕਹਿੰਦੇ ਸੀ ਕਿ ਉਹਦੀ ਸ਼ਾਇਦ ਸ਼ੋਅ ਚੇਂਜ ਕਰ ਦਿੱਤੀ ਆ, ਅਤੇ ਜਾਂ ਫਿਰ ਕਹਿੰਦੇ ਸੀ ਸੇਲ ਕਰ ਦਿੱਤਾ। ਔਰ ਮਾਸ਼ਾਅੱਲਾ ਇਹਦਾ ਪੇਂਟ ਕੁਆਲਿਟੀ ਦੇਖੋ, ਹਲੇ ਵੀ ਉੱਪਰ ਤੋਂ ਮਿੱਟੀ ਪਈ ਆ, ਹੁਣ ਦੇਖੋ ਜੀ ਪੇਂਟ ਕੁਆਲਿਟੀ, ਹਲੇ ਵੀ ਇਹਦੇ ਵਿੱਚ ਜੀ ਆਹ ਦੇਖੋ ਚਿਹਰਾ ਨਜ਼ਰ ਆਏਗਾ ਜੀ।